ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ, ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿਖੇ ਵਪਾਰੀਆਂ ਨਾਲ ਕੀਤੀ ਟਾਊਨ ਹਾਲ ਮੀਟਿੰਗ, ਕੇਂਦਰ ਸਰਕਾਰ ਉੱਤੇ ਸਾਧ ਨਿਸ਼ਾਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਲਈ ਪਹੁੰਚੇ ਅਬੋਹਰ, ਕਿਹਾ ਪੰਜਾਬ ਵਿੱਚ 13 ਦੀਆਂ 13 ਸੀਟਾਂ ਜਿੱਤੇਗੀ ਆਮ ਆਦਮੀ ਪਾਰਟੀ। ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਅਤੇ ਸਾਬਕਾ ਮੰਤਰੀ ਸ਼ਸ਼ੀ ਥਰੂਰ ਨੇ ਦਿੱਤਾ ਵੱਡਾ ਬਿਆਨ, ਕਿਹਾ 4 ਜੂਨ ਨੂੰ ਦੇਸ਼ ਵਿੱਚ ਬਣੇਗੀ ਇੰਡੀਆ ਗੱਠਜੋੜ ਦੀ ਸਰਕਾਰ। ਤੇ ਹੁਣ ਖਬਰਾਂ ਵਿਸਤਾਰ ਨਾਲ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿਖੇ ਵਪਾਰੀਆਂ ਦੇ ਨਾਲ ਟਾਊਨ ਹਾਲ ਮੀਟਿੰਗ ਕੀਤੀ। ਇਸ ਮੌਕੇ ਉਹਨੇ ਕਿਹਾ ਕਿ ਉਹ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲੁਧਿਆਣਾ, ਜਲੰਧਰ ਅਤੇ ਮੋਹਾਲੀ ਵਿੱਚ ਵਪਾਰੀਆਂ ਨਾਲ ਮੀਟਿੰਗਾਂ ਕਰ ਚੁੱਕੇ ਨੇ, ਜਿੱਥੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਹੱਲ ਵੀ ਕੀਤੀਆਂ ਗਈਆਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਤੁਹਾਡੇ ਹਜ਼ਾਰਾਂ ਕਰੋੜ ਰੁਪਏ ਰੋਕ ਕੇ ਬੈਠਾ ਹੈ ਅਤੇ ਇਸ ਪੈਸੇ ਉੱਤੇ ਪੰਜਾਬ ਦੇ ਲੋਕਾਂ ਦਾ ਹੱਕ ਹੈ। ਉਹਨਾਂ ਕਿਹਾ ਕਿ ਅੱਜ ਇਕੱਲੇ ਭਗਵੰਤ ਮਾਨ ਕੇਂਦਰ ਸਰਕਾਰ ਦੇ ਨਾਲ ਲੜ ਰਹੇ ਨੇ, ਜੇਕਰ ਤੁਸੀਂ 13 MP ਜਿਤਾ ਦਿੱਤੇ ਤਾਂ ਭਗਵੰਤ ਮਾਨ ਦੇ 13 ਹੱਥ ਹੋ ਜਾਣਗੇ ਅਤੇ 13 ਹੱਥ ਕੇਂਦਰ ਸਰਕਾਰ ਦੇ ਨਾਲ ਲੜਨਗੇ ਅਤੇ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ। ਸੈਂਟਰ ਨੇ ਹਮਾਰੇ ਫੰਡ ਰੋਕ ਦੀਏ, 9,000 ਕਰੋੜ ਰੁਪਇਆ ਪੰਜਾਬ ਕਾ ਸੈਂਟਰ ਨੇ ਰੋਕ ਦੀਆ, ਦੇ ਨਹੀਂ ਰਹੇ। ਉਸਮੇ 5,500 ਕਰੋੜ ਰੂਰਲ ਡਿਵੈਲਪਮੈਂਟ ਫੰਡ ਕਾ ਪੈਸਾ ਹੈ, ਉਸਮੇ ਨੈਸ਼ਨਲ ਹੈਲਥ ਮਿਸ਼ਨ ਕਾ ਪੈਸਾ ਹੈ। ਯੇ ਰੂਰਲ ਡਿਵੈਲਪਮੈਂਟ ਫੰਡ ਕਾ ਜੋ ਪੈਸਾ ਹੈ, ਯੇ ਗਾਂਵ ਗਾਂਵ ਕੇ ਅੰਦਰ ਇਸਸੇ ਸੜਕੇ ਬਨਨੀ ਥੀ, ਇਹਨਾਂ ਪੈਸਾ ਰੋਕ ਲਿਆ। ਆਪ ਸੋਚੋ 5,500 ਕਰੋੜ ਆ ਜਾਤਾ ਤੋ ਗਾਂਵ ਗਾਂਵ ਮੇ ਕਿਤਨੀ ਸੜਕੇ ਬਨ ਸਕਤੀ ਥੀ। ਨੈਸ਼ਨਲ ਹੈਲਥ ਮਿਸ਼ਨ ਕਾ ਪੈਸਾ ਆ ਜਾਤਾ ਤੋ ਕਿਤਨੇ ਔਰ ਮੁਹੱਲਾ ਕਲੀਨਿਕ ਬਨ ਸਕਤੇ ਥੇ। ਤੋ ਯੇ ਗੁੰਡਾਗਰਦੀ ਤਾਨਾਸ਼ਾਹੀ ਮਚਾ ਰੱਖੀ ਹੈ ਇਨ ਲੋਗੋ ਨੇ। ਬਈ ਵਿਕਾਸ ਕੇ ਸਾਥ ਔਰ ਲੋਗੋ ਕੀ ਤਰੱਕੀ ਕੇ ਸਾਥ ਰਾਜਨੀਤੀ ਨਹੀਂ ਹੋਣੀ ਚਾਹੀਏ। ਚੁਣਾਵ ਮੇ ਆਪ ਰਾਜਨੀਤੀ ਕਰ ਲੋ, ਚੁਣਾਵ ਮੇ ਆਪਕੋ ਜੋ ਕਹਿਣਾ ਹੈ ਕਹਿ ਲੋ, ਚੁਣਾਵ ਮੇ ਆਪਕੋ ਜੋ। ਲੇਕਿਨ ਇੱਕ ਵਾਰ ਚੁਣਾਵ ਜੀਤ ਗਏ, ਆਮ ਆਦਮੀ ਪਾਰਟੀ ਕੀ ਸਰਕਾਰ ਬਨ ਗਈ, ਉਸਕੇ ਬਾਅਦ ਅਗਰ ਆ ਕੇਂਦਰ ਸਰਕਾਰ ਪੈਸਾ ਰੋਕਤੀ ਹੈ, ਯੇ ਉਨਕੇ ਪਿਤਾ ਜੀ ਕਾ ਪੈਸਾ ਥੋੜ੍ਹੀ ਹੈ, ਯੇ ਤੋ ਆਪ ਹੀ ਕਾ ਪੈਸਾ ਹੈ, ਪੰਜਾਬ ਕੇ ਹੱਕ ਕਾ ਪੈਸਾ ਹੈ, ਪੰਜਾਬ ਕੇ ਲੋਗੋ ਕਾ ਪੈਸਾ ਹੈ, ਵੋ ਰੋਕ ਕੇ ਬੈਠੇ ਹੋਏ ਹੈ। ਯੇ ਠੀਕ ਨਹੀਂ ਹੈ, ਯੇ ਤਾਨਾਸ਼ਾਹੀ ਹੈ, ਯੇ ਗੁੰਡਾਗਰਦੀ ਹੈ। ਯੇ ਇੱਕ ਤਰ੍ਹਾਂ ਸੇ ਯੇ ਕਹਿ ਰਹੇ ਹੈਂ ਹਮੇ ਵੋਟ ਨਹੀਂ ਦੋਗੇ ਤੋ ਹਮ ਤੁਹਾਡਾ ਪੈਸਾ ਰੋਕ ਲੇਂਗੇ। ਯੇ ਕਿਆ ਬਾਤ ਹੋਈ, ਹਮਾਰੇ ਦੇਸ਼ ਕਾ ਪੈਸਾ ਆਪ ਕੈਸੇ ਰੋਕ ਲੋਗੇ? ਆਪ ਲੋਗੋ ਨੇ ਹਮੇ 92 ਸੀਟ ਦੇ ਕੇ ਜਿਤਾਇਆ, ਵਿਧਾਨ ਸਭਾ ਕੇ ਅੰਦਰ ਹਮ ਕਾਨੂੰਨ ਬਣਾਤੇ ਹੈ, ਗਵਰਨਰ ਕਾਨੂੰਨ ਪੇ ਸਾਈਨ ਕਰਨੇ ਕੋ ਮਨਾ ਕਰ ਦਿੱਤਾ ਹੈ, ਅਭੀ ਇਤਨੇ ਸਾਰੇ ਬਿੱਲ ਗਵਰਨਰ ਲੈ ਕੇ ਬੈਠਾ ਹੈ, ਫਿਰ ਫਾਇਦਾ ਕਿਆ ਹੁਆ? ਯੇ ਤੋ ਗੁੰਡਾਗਰਦੀ ਕਰਦੀ ਕਿ ਹਮੇ ਜਿਤਾਓਗੇ ਤਭੀ ਹਮ ਬਿੱਲ ਪਾਸ ਕਰਨੇ ਦੇਗੇ, ਹਮੇ ਨਹੀਂ ਜਿਤਾਓਗੇ ਤੋ। ਯੇ ਤੋ ਠੀਕ ਨਹੀਂ ਹੈ, ਯੇ ਤੋ ਦੇਸ਼ ਕੇ ਸਾਥ ਖਿਲਵਾੜ ਕਰ ਰਹੇ ਹੈ ਯੇ ਲੋਕ, ਕਿ ਏਕ ਪਾਰਟੀ ਵਨ ਲੀਡਰ ਯੇ ਕਰਨਾ ਚਾਹਤੇ ਹੈ ਕਿ ਪੂਰੇ ਦੇਸ਼ ਮੇ ਬਸ ਬੀਜੇਪੀ ਬੀਜੇਪੀ ਹੋਣੀ ਚਾਹੀਏ, ਬਾਕੀ ਔਰ ਕਿਸੀ ਕੋ ਹਮ ਕਾਮ ਹੀ ਨਹੀਂ ਕਰਨੇ ਦੇਂਗੇ। ਆਜ ਅਕੇਲੇ ਭਗਵੰਤ ਮਾਨ ਕੇਂਦਰ ਸਰਕਾਰ ਸੇ ਲੜ ਰਹੇ ਹਾਂ। ਅਗਰ ਆਪਨੇ 13 MP ਜਿਤਾ ਦੀਏ ਤੋ ਇਨਕੇ 13 ਭਗਵੰਤ ਮਾਨ ਕੇ 13 ਹਾਥ ਹੋ ਜਾਏਂਗੇ, ਫਿਰ ਯੇ 13 ਲੋਕ ਜਾ ਕੇ ਲੜੇਂਗੇ ਕੇਂਦਰ ਸਰਕਾਰ ਸੇ, ਤੋ ਆਪਕੇ ਮਸਲੇ ਕੇਂਦਰ ਸਰਕਾਰ ਕੇ ਸਾਥ ਜੋ ਮਸਲੇ ਹੈ ਵੋ ਜਲਦੀ ਜਲਦੀ ਸਮਾਧਾਨ ਹੋਣਾ ਚਾਲੂ ਹੋਂਗੇ, ਹੋਂਗੇ ਕਿ ਨਹੀਂ ਹੋਂਗੇ? ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਲੁਧਿਆਣਾ ਵਿੱਚ ਅਮਿਤ ਸ਼ਾਹ ਆਏ ਸੀ ਅਤੇ ਪੰਜਾਬੀਆਂ ਨੂੰ ਧਮਕੀਆਂ ਅਤੇ ਗਾਲਾਂ ਦੇ ਕੇ ਗਏ ਨੇ। ਉਹਨਾਂ ਕਿਹਾ ਕਿ ਅਮਿਤ ਸ਼ਾਹ ਨੇ ਕਿਹਾ ਕਿ 4 ਜੂਨ ਨੂੰ ਪੰਜਾਬ ਦੀ ਸਰਕਾਰ ਡੇਗ ਦਿੱਤੀ ਜਾਵੇਗੀ ਅਤੇ ਭਗਵੰਤ ਮਾਨ ਵੀ ਮੁੱਖ ਮੰਤਰੀ ਨਹੀਂ ਰਹਿਣਗੇ। ਕੇਜਰੀਵਾਲ ਨੇ ਅੱਗੇ ਦਾਅਵਾ ਕੀਤਾ ਕਿ ਉਹ ਖੁਦ ਆਪਣੇ ਮੂੰਹ ਤੋਂ ਸਾਨੂੰ ਡਰਾ ਧਮਕਾ ਕੇ ਗਏ ਨੇ, ਪਰ ਪੰਜਾਬੀ ਡਰਨ ਵਾਲੇ ਨਹੀਂ। ਉਹਨਾਂ ਕਿਹਾ ਕਿ ਪੰਜਾਬ ਤਾਨਾਸ਼ਾਹ ਦੇ ਖਿਲਾਫ ਲੜੇਗਾ ਅਤੇ ਜਿੱਤ ਹਾਸਲ ਕਰੇਗਾ।
अमित शाह जी धमकी दे के गए हैं। पहले तो पंजाबियों को खूब गालियां दी उन्होंने, देखना उनका पूरा जो भाषण दे के गए हैं, खुल के गालियां दी उन्होंने पंजाब के लोगों को, और फिर धमकी दे के गए हैं 4 जून के बाद पंजाब की सरकार गिरा देंगे, 4 जून के बाद भगवंत मान मुख्यमंत्री नहीं बचेंगे। कैसे 92 सीट है यार, कैसे गिरा दोगे, तानाशाही मचा रखी है। वो खुल के कह रहे हैं कि हम तुम्हारे विधायक तोड़ लेंगे, एमएलए तोड़ लेंगे, हम उनको डरा देंगे, ईडी लगा देंगे, सीबीआई लगा देंगे, पैसे से खरीद लेंगे। देश का गृह मंत्री खुल के कह रहा है, कल वीडियो देखना आप लोग, उसमें कह रहे हैं 4 जून के बाद पंजाब की आम आदमी पार्टी की सरकार गिरा देंगे, भगवंत मान उसके बाद मुख्यमंत्री नहीं बचेंगे। मैं उनको कहना चाहता हूं, पंजाबी दिल के बहुत बड़े होते हैं, प्यार से मांग लेते, आपको 1-2 सीट दे देते, धमकी मत दो अमित शाह जी पंजाब के लोगों को। ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ, ਜਿਸ ਦੇ ਮੱਦੇਨਜ਼ਰ ਚੋਣ ਪ੍ਰਚਾਰ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਬੋਹਰ ਵਿਖੇ ਪਹੁੰਚੇ। ਇੱਥੇ ਲੋਕਾਂ ਨੂੰ ਸੰਬੋਧਨ ਕਰਦੇ ਉਹਨਾਂ ਕਿਹਾ ਕਿ ਅਬੋਹਰ ਵਾਲਿਆਂ ਨੇ ਪਿਆਰ ਵਾਲੇ ਪਾਸਿਓਂ ਕੋਈ ਕਮੀ ਨਹੀਂ ਛੱਡੀ ਅਤੇ ਤੁਸੀਂ ਸਾਥ ਦੇਣ ਵਿੱਚ ਹਮੇਸ਼ਾ ਅੱਗੇ ਰਹੇ, ਇਸ ਲਈ ਉਹ ਲੋਕਾਂ ਦਾ ਧੰਨਵਾਦ ਕਰਦੇ ਨੇ। ਉਹਨਾਂ ਕਿਹਾ ਕਿ ਜੇਕਰ ਸੰਸਦ ਵਿੱਚ 13 ਹੱਥ ਹੋਣਗੇ ਤਾਂ ਫਿਰ ਪੰਜਾਬ ਦਾ ਪੈਸਾ ਰੋਕਣ ਦੀ ਕਿਸੇ ਦੀ ਹਿੰਮਤ ਨਹੀਂ ਹੋਵੇਗੀ। ਸੁਖਬੀਰ ਸਿੰਘ ਬਾਦਲ ਉੱਤੇ ਸ਼ਬਦੀ ਵਾਰ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਸੰਸਦ ਵਿੱਚ ਸਨ ਤਾਂ ਉਹ ਕਦੇ ਵੀ ਨਹੀਂ ਬੋਲੇ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਹ ਕਿਸੇ ਗਰੀਬ ਦਾ ਚੁੱਲ੍ਹਾ ਬੁਝਣ ਨਹੀਂ ਦੇਣਗੇ, ਅਜੇ ਤਾਂ ਇਸ ਇਲਾਕੇ ਵਿੱਚ ਫੂਡ ਪ੍ਰੋਸੈਸਿੰਗ ਦੇ ਪਲਾਂਟ ਲੈ ਕੇ ਆਉਣੇ ਨੇ। ਉਹਨਾਂ ਕਿਹਾ ਕਿ ਅਸੀਂ ਮਿਡ ਡੇ ਮੀਲ ਵਿੱਚ ਕੇਲੇ ਦੀ ਥਾਂ ਕਿੰਨੂ ਦੇਣਾ ਸ਼ੁਰੂ ਕੀਤਾ ਹੈ, ਜਿਸ ਨਾਲ ਹੁਣ ਕਿੰਨੂ ਰੁਲੇਗਾ ਨਹੀਂ। ਉਹਨਾਂ ਕਿਹਾ ਕਿ ਕੇਲਾ ਅਸੀਂ ਕੇਰਲ ਤੋਂ ਮੰਗਵਾਉਂਦੇ ਹਾਂ ਜਦੋਂ ਕਿ ਕਿੰਨੂ ਸਾਡੇ ਕੋਲ ਉੱਗਦਾ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਜਦੋਂ ਜਿਹੜੇ ਫਲ ਦਾ ਸੀਜ਼ਨ ਆਵੇਗਾ ਅਸੀਂ ਉਹੀ ਫਰੂਟ ਆਪਣੇ ਬੱਚਿਆਂ ਨੂੰ ਦੇਵਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਮੋਦੀ ਸਰਕਾਰ ਉੱਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਪੰਜਾਬ ਵਾਸੀਆਂ ਨੂੰ ਧਮਕੀ ਦੇ ਕੇ ਚਲੇ ਗਏ ਕਿ 4 ਜੂਨ ਨੂੰ ਭਗਵੰਤ ਮਾਨ ਦੀ ਸਰਕਾਰ ਤੋੜ ਦੇਵਾਂਗੇ। ਉਹਨਾਂ ਕਿਹਾ ਕਿ 92 ਸੀਟਾਂ ਪੰਜਾਬੀਆਂ ਨੇ ਸਾਨੂੰ ਦਿੱਤੀਆਂ ਨੇ ਅਤੇ ਕਿਵੇਂ ਉਹ ਸਾਡੀ ਸਰਕਾਰ ਤੋੜ ਦੇਣਗੇ ਕਿਉਂਕਿ ਲੋਕਾਂ ਨੇ ਸਾਨੂੰ ਪਿਆਰ ਨਾਲ ਜਿਤਾਇਆ। 1 ਤਰੀਕ ਨੂੰ ਤੁਹਾਡੇ ਤੋਂ ਸਾਥ ਮੰਗਣਾ ਆ, ਮੈਂ ਇਕੱਲੇ ਹੀ ਲੜੀ ਜਾਂਦਾ, ਸੁਪਰੀਮ ਕੋਰਟ 'ਚ ਲੜਦਾ, ਸੈਂਟਰ ਸਰਕਾਰ 'ਚ ਲੜਦਾ, ਗਵਰਨਰ ਨਾਲ ਲੜਾਈ ਰਹਿੰਦੀ ਹੈ, ਪੈਸੇ ਦੱਬ ਜਾਂਦੇ ਆ ਪੰਜਾਬ ਦੇ, ਬਿੱਲ ਰੋਕ ਲੈਂਦੇ ਆ, ਲੜੂੰਗਾ ਮੈਂ, ਮੇਰੀ ਕੋਈ ਲੜਾਈ 'ਚ ਕਮੀ ਨਹੀਂ ਆਉਣੀ, ਪਰ ਇਹ ਮੇਰਾ ਇਕੱਲੇ ਦਾ ਕੰਮ ਨਹੀਂ, ਇਹ ਆਪਣਾ ਸਾਰਿਆਂ ਦਾ। ਮੈਨੂੰ 13 ਸ਼ਕਤੀਆਂ ਦਿਓ, 13 ਹੱਥ ਦੇ ਦਿਓ ਜਿਹੜੇ ਜਾ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਇੱਦਾਂ ਮੁੱਠੀ ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣਗੇ, 1 ਰੁਪਈਆ ਨਹੀਂ ਰੋਕ ਸਕਦਾ ਕੋਈ ਮਾਈ ਦਾ ਲਾਲ ਪੰਜਾਬ ਦਾ। ਤੇਰਾਂ ਜੀਰੋ ਕਰੋਂਗੇ, ਬਾਕੀਆਂ ਤੋਂ ਆਪਾਂ ਲੈਣਾ ਕੀ ਹੈ, ਬਥੇਰੇ ਚੈੱਕ ਕਰਕੇ ਦੇਖ ਲੈ। ਸੁਖਬੀਰ ਬਾਦਲ ਸੀ ਤੁਹਾਡਾ ਇਸ ਤੋਂ ਪਹਿਲਾਂ ਵਾਲਾ, ਕਦੇ ਬੋਲਿਆ ਪਾਰਲੀਮੈਂਟ 'ਚ? ਕਦੇ ਨਹੀਂ ਮਿਲਿਆ। ਮੈਂ ਜਦੋਂ ਹੁੰਦਾ ਸੀ ਉਦੋਂ ਆਉਂਦੇ ਹੀ ਨਹੀਂ ਸੀ ਕਦੇ। ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਝਣ ਨਹੀਂ ਦੇਣਾ, ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਝਣ ਨਹੀਂ ਦੇਣਾ, ਚਾਹੇ ਆਬਾਦਕਾਰਾਂ ਦੀ ਗੱਲ ਹੋਵੇ, ਚਾਹੇ ਜੋ ਜਿਵੇਂ ਚਾਹੁੰਦੇ ਹੋ ਉਦਾਂ ਕਰਨਾ ਹੈ। ਹਜੇ ਤਾਂ ਮੈਂ ਇਸ ਏਰੀਏ 'ਚ ਫੂਡ ਪ੍ਰੋਸੈਸਿੰਗ ਦੀਆਂ ਪਲਾਂਟ ਲਾ ਕੇ ਆਉਣੇ ਨੇ, ਲੈ ਕੇ ਆਉਣੇ ਨੇ ਕਿੰਨੂਆਂ ਦੇ। ਦੇਖੋ
ਆਪਾਂ ਨੇ ਕੀ ਕੀਤਾ, ਮਿਡ ਡੇ ਮੀਲ ਜਿਹੜਾ ਸਕੂਲ ਚ ਬੱਚਿਆਂ ਨੂੰ ਕੇਲਾ ਦਿੰਦੇ ਹੁੰਦੇ ਸੀ ਇੱਕ, ਅਸੀਂ 2 ਕਿੰਨੂ ਕਰਤੇ, ਹਜ਼ਾਰਾਂ ਟਨ ਕਿੰਨੂ ਸਕੂਲਾਂ ਚ ਵਰਤਿਆ ਜਾਊਗਾ, ਔਰ ਇਸ ਵਾਰ ਕਿੰਨੂ ਰੋਲ ਨਹੀਂ ਦੇਵਾਂਗੇ। ਹੁਣ ਇਹ ਮੇਰੇ ਤੇ ਹੈ, ਕੇਲਾ ਕੇਰਲਾ ਤੋਂ ਮੰਗਵਾਉਂਦੇ ਹਾਂ, ਕਿੰਨੂ ਸਾਡੇ ਕੋਲੇ ਉੱਗਦਾ, ਬਾਗ ਸਾਡੇ ਕੋਲੇ ਲੱਗੇ ਹੋਏ ਨੇ। ਸੋ ਜਦੋਂ ਅਮਰੂਦਾਂ ਦਾ ਸੀਜ਼ਨ ਆਊ ਅਮਰੂਦ, ਜਦੋਂ ਲੀਚੀ ਦਾ ਸੀਜ਼ਨ ਆਊ ਪਠਾਨਕੋਟ ਦੀ ਲੀਚੀ, ਤੇ ਜਦੋਂ ਅੰਬਾਂ ਦਾ ਸੀਜ਼ਨ ਆਊਗਾ ਹੁਸ਼ਿਆਰਪੁਰ ਦੇ ਅੰਬ, ਅਸੀਂ ਆਪਦੇ ਫਰੂਟ ਦੇਈਏ ਆਪਦੇ ਬੱਚਿਆਂ ਨੂੰ, ਅਸੀਂ ਕਿਉਂ ਬਾਹਰੋਂ ਮੰਗਾਈਏ ਬਈ, ਨਾਲੇ ਕੰਮ ਮਿਲੇ ਇੱਥੇ, ਹਾਰਟੀਕਲਚਰ ਜਿਹੜਾ ਆਪ ਹੋਵੇ, ਉਹ ਬੀਜੇਪੀ ਵਾਲੇ ਉਹ ਤਾਂ ਡਰਾ ਕੇ ਚਲੇ ਜਾਂਦੇ। ਇੱਥੇ ਪ੍ਰਧਾਨ ਮੰਤਰੀ ਆਇਆ, ਗ੍ਰਹਿ ਮੰਤਰੀ ਆਇਆ, ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ, ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ। ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ? 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ, ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ, ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ। ਹਿੰਮਤ ਹੈ ਕਿ ਸਰਕਾਰ ਤੋੜ ਦੋਗੇ ਸਾਡੀ? ਉਹ ਤੁਸੀਂ ਆਪਣੀ ਸਰਕਾਰ ਬਚਾ ਲਓ, ਉਹੀ ਬਹੁਤ ਹੈ, ਤੁਸੀਂ ਆਪਣੀ ਬਚਾ ਲਓ। ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ, ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਭਾ ਦੀਆਂ ਵੋਟਾਂ ਮੰਗਣਾ ਹੈ, ਉਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ। ਇਹ ਕਿੱਧਰ ਨੂੰ ਜਾਂਦੀ ਹੈ ਗੱਲ? ਇਹਨਾਂ ਨੂੰ ਐਂ ਲੱਗਦਾ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ। ਉਹ ਭਗਵੰਤ ਮਾਨ ਹੈ, ਉਹ ਖਰੀਦਿਆ ਤਾਂ ਉਹ ਜਾਂਦਾ ਜਿਹੜਾ ਮੰਡੀ 'ਚ ਹੋਵੇ, ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਉਂਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਗਿੱਦੜਵਾਹਾ ਵਿੱਚ ਵੱਡਾ ਰੋਡ ਸ਼ੋਅ ਕੱਢਿਆ, ਜਿਸ ਵਿੱਚ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਲੋਕਾਂ ਨੂੰ ਕਰਮਜੀਤ ਅਨਮੋਲ ਨੂੰ ਜਿਤਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ। ਕਰਮਜੀਤ ਅਨਮੋਲ ਤੁਹਾਡਾ ਉਮੀਦਵਾਰ ਹੈ, ਬਹੁਤ ਗਰੀਬ ਘਰ ਚੋਂ ਉੱਠ ਕੇ ਗਰੀਬੀਆਂ ਪਿੰਡਾਂ ਤੇ ਹਟਾ ਕੇ ਆਇਆ ਹੋਇਆ, ਇਹਨੂੰ ਪਤਾ ਹੈ। ਇਹੋ ਜਿਹੇ ਬੰਦੇ ਚੁਣ ਕੇ ਭੇਜੋ ਜਿਨ੍ਹਾਂ ਨੂੰ ਤੁਹਾਡੇ ਦੁੱਖਾਂ ਸੁੱਖਾਂ ਦਾ ਪਤਾ ਹੋਵੇ। ਆਹ ਰਾਜਿਆਂ ਕਾਕਿਆਂ ਰਜਵਾੜਿਆਂ ਤੋਂ ਆਪਾਂ ਲੈਣਾ ਕੀ ਹੈ? ਇਹਨਾਂ ਨੂੰ ਕੁਛ ਨਹੀਂ ਪਤਾ, ਬਹੁਤ ਲੁੱਟ ਲਿਆ ਇਹਨਾਂ ਨੇ। ਹੁਣ ਆਮ ਲੋਕਾਂ ਦੀ ਵਾਰੀ ਆ ਗਈ, ਆਪਦੇ ਬੰਦੇ ਚੁਣੋ, ਆਪਣੇ ਧੀਆਂ ਪੁੱਤ ਚੁਣੋ, ਆਪਣੇ ਛੋਟੇ ਵੱਡੇ ਭਾਈ ਚੁਣੋ। ਆਹ ਕਹਿਣ ਵਾਸਤੇ ਤੁਹਾਡੇ ਕੋਲ ਆਇਆ ਮੈਂ। ਸੋ ਵੀਰ, ਜਿੰਨਾ ਚਿਰ ਅਕਾਲੀਆਂ ਤੇ ਕਾਂਗਰਸਾਂ ਦੀ ਜੜ ਨਹੀਂ ਪੱਟਦਾ, ਮੈਂ ਨਹੀਂ ਥੱਕਦਾ। ਬਹੁਤ ਬਦਲੇ ਲੈਣੇ ਇਹਨਾਂ ਤੋਂ, ਬਹੁਤ ਦੁਖੀ ਕੀਤਾ ਇਹਨਾਂ ਨੇ ਆਪਾਂ ਨੂੰ, ਚੀਕਾਂ ਕਢਾਈ ਰੱਖੀਆਂ ਇਹਨਾਂ ਨੇ ਆਪਣੀਆਂ। 70 ਸਾਲ, 70 ਸਾਲ ਹੁਣ ਇਹਨਾਂ ਦੀਆਂ ਚੀਕਾਂ ਕਢਾਉਣ ਦਾ ਟਾਈਮ ਹੈ। ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਅਤੇ ਸਾਬਕਾ ਮੰਤਰੀ ਸ਼ਸ਼ੀ ਥਰੂਰ ਚੰਡੀਗੜ੍ਹ ਪਹੁੰਚੇ, ਜਿੱਥੇ ਉਹਨਾਂ ਕਾਂਗਰਸੀ ਆਗੂ ਭੁਪੇਸ਼ ਬਘੇਲ ਦੇ ਨਾਲ ਸਾਂਝੇ ਤੌਰ 'ਤੇ ਪ੍ਰੈਸ ਕਾਨਫਰੰਸ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨੇ ਸਾਧੇ। ਸ਼ਸ਼ੀ ਥਰੂਰ ਨੇ ਕਿਹਾ ਕਿ ਇਸ ਵਾਰ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ। ਹਮੇ ਬਹੁਤ ਆਤਮ ਵਿਸ਼ਵਾਸ ਹੈ ਕਿ 4 ਜੂਨ ਕੋ ਸਰਕਾਰ ਬਦਲਨੇ ਵਾਲੀ ਹੈ, ਔਰ ਬਦਲਾਵ ਕਾ ਵਕਤ ਆਇਆ ਹੈ ਜਨਤਾ ਕੇ ਮਨ ਮੇਂ। ਅੰਤ ਮੇਂ ਤੋ ਲੋਕਤੰਤਰ ਮੇਂ ਜਨਤਾ ਹੀ ਤੈਅ ਕਰੇਂਗੇ। ਮੈਨੂੰ ਪਤਾ ਨਹੀਂ ਕਿ 1 ਜੂਨ ਕੇ ਬਾਅਦ ਐਗਜ਼ਿਟ ਪੋਲਸ ਮੇਂ ਕਿਆ ਕਹੇਂਗੇ। ਮੈਂ ਉਨਕੋ ਸੁਣਨੇ ਵਾਲਾ ਨਹੀਂ ਹੂੰ ਜ਼ਿਆਦਾ, ਕਿਉਂਕਿ ਮੁਝੇ ਮਾਲੂਮ ਹੈ ਕਿ ਹਮਾਰੇ ਦੇਸ਼ ਮੇਂ ਜੋ ਲੋਕ ਪੋਲਸਟਰਸ ਕੋ ਕਹਿਤੇ ਹੈ, ਜੋ ਲੋਕ ਅਸਲੀਅਤ ਬੂਥ ਮੇਂ ਕਰਤੇ ਹੈ, ਵੋ ਸ਼ਾਇਦ ਅਲੱਗ ਹੋ ਸਕਤਾ ਹੈ। ਲੇਕਿਨ ਜੂਨ 4 ਕੋ ਜਬ ਆਂਕੜੇ ਨਿਕਲੇਂਗੇ, ਮੇਰੇ ਖਿਆਲ ਮੇਂ ਹਮਾਰੇ ਇੰਡੀਆ ਗਠਬੰਧਨ ਕੇ ਲੋਗੋ ਬਹੁਤ ਸੰਤੁਸ਼ਟ ਰਹੇਂਗੇ, ਔਰ ਆਪ ਲੋਕ ਕੋ
ਸਰਕਾਰ ਨੇ ਬਹੁਤ ਬਦਲਾਅ ਦੇਖ ਸਕੇਗੀ। ਅੰਮ੍ਰਿਤਸਰ ਤੋਂ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਹਨਾਂ ਅੰਮ੍ਰਿਤਸਰ ਲਈ ਆਪਣੇ ਵਿਜ਼ਨ ਡਾਕੂਮੈਂਟ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਹਨਾਂ ਦਾਅਵਾ ਕੀਤਾ ਕਿ ਅੰਮ੍ਰਿਤਸਰ ਦਾ ਸਰਬਪੱਖੀ ਵਿਕਾਸ ਕਰਵਾਉਣਗੇ, ਜਿਸ ਲਈ ਉਹਨਾਂ ਨੇ ਹੁਣੇ ਤੋਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ ਜੋ ਰੰਗ ਲਿਆ ਰਹੀਆਂ ਨੇ। ਕੁਛ ਦਿਨ ਪਹਿਲਾਂ ਤੁਹਾਡੇ ਕੋਲ ਇੱਕ ਵਿਜ਼ਨ ਡਾਕੂਮੈਂਟ ਰੱਖਿਆ ਸੀਗਾ, ਉਹਦੇ 'ਚ ਕਾਫੀ ਡਿਟੇਲਡ ਹਰ ਇੱਕ ਮੁੱਦੇ 'ਤੇ ਪ੍ਰੈਕਟੀਕਲ ਅਤੇ ਲੌਂਗ ਟਰਮ ਦੋਵੇਂ ਅਸੀਂ ਚੀਜ਼ਾਂ ਰੱਖੀਆਂ ਸੀਗੀਆਂ। ਅਤੇ ਉਹਦੇ 'ਚ ਤੁਸੀਂ ਦੇਖਿਆ ਕਿ ਸਭ ਕੁਛ ਅਸੀਂ ਵਿੱਚ ਕੋਸ਼ਿਸ਼ ਕੀਤੀ ਆਪਣੇ ਵੱਲੋਂ। ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਕਿਸੇ ਦੀ ਨੌਲੇਜ ਦੀ ਮਨੋਪਲੀ ਨਹੀਂ ਹੁੰਦੀ, ਕੋਈ ਵੀ ਯੰਗ ਜਾਂ ਬਜ਼ੁਰਗ ਐਕਸਪੀਰੀਅੰਸ ਨਾ ਸ਼ੇਅਰ ਕਰ ਸਕਦਾ। ਸੋ ਉਹ ਵਰਕਿੰਗ ਡਾਕੂਮੈਂਟ ਹੈ, ਅਗਰ ਉਹਦੇ 'ਚ ਕੁਛ ਐਡੀਸ਼ਨਸ ਹੈਗੀਆਂ ਬਿਲਕੁਲ ਅਸੀਂ, ਲੇਕਿਨ ਤੁਸੀਂ ਉਹਦੇ ਦੇਖਿਆ ਕਿ ਅਸੀਂ ਸਭ ਚੀਜ਼ਾਂ ਟੱਚ ਕੀਤੀਆਂ ਨੇ। ਆਪਣਾ ਅੰਮ੍ਰਿਤਸਰ ਲਈ ਸਪੈਸ਼ਲ ਪੈਕੇਜ, ਡਰੱਗਸ, ਲੋਅ ਐਂਡ ਆਰਡਰ, ਐਗਰੀਕਲਚਰ, ਡੇਅਰੀ, ਲਾਈਫ ਸਟੋਕ, ਇੰਡਸਟਰੀ, ਇਨਫਰਾਸਟ੍ਰਕਚਰ ਡਿਵੈਲਪਮੈਂਟ, ਐਜੂਕੇਸ਼ਨ, ਯੂਥ, ਹੈਲਥ ਕੇਅਰ, ਵੁਮੈਨ, ਆਪਣਾ ਕਲਚਰਲ ਹੈਰੀਟੇਜ, ਪ੍ਰਮੋਟ ਟੂਰਿਜ਼ਮ, ਜਿਹੜੀਆਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਹਾਂ, ਅਤੇ ਐਤਕਾਂ ਉਹਨਾਂ ਨੂੰ ਅਸੀਂ ਟੱਚ ਕੀਤਾ। ਮੈਨੂੰ ਇਹ ਖੁਸ਼ੀ ਆ, ਮੈਂ ਸਿਰਫ ਇਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਦੇਖੋ ਇਹ ਪੋਜ਼ੀਟਿਵ ਡਿਵੈਲਪਮੈਂਟਸ ਨਾਲ ਹੀ ਸ਼ੁਰੂ ਹੋ ਗਈਆਂ। ਤੁਹਾਨੂੰ ਪਹਿਲੀ ਵਾਰੀ ਵਿਕਸਿਤ ਅੰਮ੍ਰਿਤਸਰ ਤਾਂ ਦੱਸਿਆ ਸੀਗਾ ਮੈਂ ਕਿ 850 ਕਰੋੜ ਰੁਪਈਆ ਨੀਅਰਲੀ ਇਕੱਠਾ ਕੀਤਾ ਆ। ਹੁਣ ਮੈਨੂੰ ਪਤਾ ਕਿ ਵਿਕਸਿਤ ਅੰਮ੍ਰਿਤਸਰ .org ਓਪਰੇਸ਼ਨਲ ਹੈ ਵੈਬਸਾਈਟ, ਔਰ ਆਲਰੇਡੀ ਉਹਨਾਂ ਦੇ ਕਨੈਕਟ ਹੋ ਰਹੇ ਨੇ। ਕਈ ਬੱਚਿਆਂ ਨੇ ਸਟਾਰਟਅਪ ਲਈ ਉਹਨਾਂ ਨੇ ਇੱਕ ਸਿਸਟਮ ਬਣਾਇਆ ਆ, ਅਤੇ ਸਟਾਰਟਅਪ ਲਈ ਲੋਕ ਅਪਲਾਈ ਕਰ ਰਹੇ ਨੇ। ਅਤੇ ਤੁਹਾਨੂੰ ਇਹੋ ਹੀ ਰਿਕੁਐਸਟ ਹੈ ਕਿ ਇਹ ਪਾਪੂਲਰਾਈਜ਼ ਕਰੋ, ਇਹਦੇ ਸਾਰੇ ਏਰੀਆਜ਼ ਔਰ ਫਲੈਕਸੀਬਿਲਿਟੀ ਹੈ। ਅਤੇ ਨਾਲ ਆਪਣਾ ਦੂਸਰਾ ਉਹਨਾਂ ਨੇ 3 ਪ੍ਰੋਜੈਕਟ ਮੈਂ ਪਹਿਲੇ ਪਿਛਲੀ ਵਾਰੀ ਵੀ ਦੱਸਿਆ ਸੀ, ਇੱਕ ਤਾਂ ਸਟਾਰਟਅਪ ਔਰ ਸਪੈਸ਼ਲੀ ਆਪਣੀਆਂ ਵੁਮੈਨ ਅਤੇ ਯੂਥ ਲਈ, ਅਤੇ ਏਰੀਆਜ਼ ਅਕਰੋਸ ਸੀਗੇ। ਮੈਂ ਤਾਂ ਸਿਰਫ ਉਹੀ ਇੰਟਰਪ੍ਰੇਟ ਕਰ ਰਿਹਾ ਜੋ ਮੇਰੇ ਨਾਲ ਉਹਨਾਂ ਨੇ ਦੱਸਿਆ, ਲੇਕਿਨ ਮੈਨੂੰ ਇਹ ਪਤਾ ਕਿ ਫਲੈਕਸੀਬਿਲਿਟੀ ਬਹੁਤ ਹੈਗੀ ਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਬਠਿੰਡਾ ਵਿੱਚ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਹਨਾਂ ਕਿਹਾ ਕਿ ਬਠਿੰਡਾ ਤੋਂ ਜੋ ਵੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੀ ਸਮਰੱਥਾ ਰੱਖਦਾ ਹੋਵੇ ਲੋਕ ਉਸ ਦਾ ਸਾਥ ਦੇਣ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਦੀ ਵੀ ਅਪੀਲ ਕੀਤੀ ਹੈ। ਬਠਿੰਡਾ ਦੀ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਬਠਿੰਡੇ ਜਿਹੜਾ ਵੀ ਕੋਈ ਕੈਂਡੀਡੇਟ, ਕਿਉਂਕਿ ਗੱਲ ਪਾਰਟੀ ਦੀ ਗੱਲ ਕੈਂਡੀਡੇਟ, ਜਿਹੜਾ ਵੀ ਕੈਂਡੀਡੇਟ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹਰਾਉਂਦਾ ਉਹਨੂੰ ਆਪਣਾ ਸਮਰਥਨ ਦਿਓ, ਚਾਹੇ ਕਿਸੇ ਵੀ ਪਾਰਟੀ ਦਾ ਵਾ। ਗੱਲ ਪਾਰਟੀ ਦੀ ਗੱਲ ਬਹੁਤ ਸਾਰੇ, ਜਿੱਦਾਂ ਇੱਥੇ ਆਪਣਾ ਜਿਹੜੇ ਕੈਂਡੀਡੇਟ ਨੇ, ਬਹੁਤ ਸਾਰੇ ਕੈਂਡੀਡੇਟ ਨੇ, ਤੁਸੀਂ ਦੇਖੋ ਕਿ ਜੇ ਗੁਰਮੀਤ ਸਿੰਘ ਖੁੱਡੀਆ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ, ਜੀਤ ਮਹਿੰਦਰ ਸਿੰਘ ਸਿੱਧੂ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ, ਬੀਬੀ ਪਰਮਪਾਲ ਕੌਰ ਆ ਉਹ ਹਰਾ ਸਕਦੀ ਉਹਦਾ ਸਮਰਥਨ ਕਰ ਦਿਓ। ਗੱਲ ਪਾਰਟੀ ਦੀ ਨਹੀਂ ਆ, ਗੱਲ ਵਿਅਕਤੀ ਦੀ ਕਿ ਬੀਬਾ ਹਰਸਿਮਰਤ ਕੌਰ ਬਾਦਲ, ਬਾਦਲ ਪਰਿਵਾਰ ਨੂੰ ਹਰਾਉਣਾ, ਸਿਰਫ ਬਾਦਲ ਪਰਿਵਾਰ ਨੂੰ। ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦੀ ਗੱਲ ਨਹੀਂ ਕਰ ਰਿਹਾ, ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਪੂਰੇ ਪੰਜਾਬ 'ਚ ਖੜੇ ਆ, ਪਰ ਸ਼੍ਰੋਮਣੀ ਅਕਾਲੀ ਦਲ ਵੀ ਸੋਚੇ ਕਿ ਉਹਨੇ ਖਡੂਰ ਸਾਹਿਬ ਦੀ ਧਰਤੀ, ਇੱਕ ਪਾਸੇ ਤਾਂ ਉਹ ਧਰਨੇ ਮੁਜ਼ਾਹਰੇ ਕਰ ਰਹੇ ਸੀਗੇ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ, ਦੂਜੇ ਪਾਸੇ ਵਿਰਸਾ ਸਿੰਘ ਵਲਟੋਆ ਕੈਂਡੀਡੇਟ ਦੇ ਦਿੱਤਾ, ਇਹ ਉਹਨਾਂ ਨੂੰ ਸੋਚਣਾ ਚਾਹੀਦਾ। ਇੱਕ ਪਾਸੇ ਅਸੀਂ ਸ਼ਹੀਦਾਂ ਦੀ ਗੱਲ ਕਰਦੇ ਹਾਂ, ਭਾਈ ਸਰਬਜੀਤ ਸਿੰਘ ਖੜਾ ਫਰੀਦਕੋਟ ਤੋਂ, ਅਤੇ ਇੱਕ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਦੇ ਖਿਲਾਫ਼ ਕੈਂਡੀਡੇਟ ਦੇ ਰਹੇ ਆ,
ਇਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਆਪਣਾ ਕੈਂਡੀਡੇਟ ਉੱਥੋਂ ਵਾਪਸ ਲੈਣਾ ਚਾਹੀਦਾ। ਫਰੀਦਕੋਟ ਤੋਂ ਇੱਕੋ ਇੱਕ ਪੰਥਕ ਉਮੀਦਵਾਰ ਹੋਣਾ ਚਾਹੀਦਾ, ਉਹ ਹੈ ਸਰਬਜੀਤ ਸਿੰਘ, ਅਤੇ ਉਹਦਾ ਸਭ ਨੂੰ ਸਮਰਥਨ। ਜੇਕਰ ਕੋਈ ਨਹੀਂ ਆਪਣੇ ਕੈਂਡੀਡੇਟ ਵਾਪਸ ਲੈਂਦਾ ਅਤੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਜਿਹੜੀਆਂ ਫਰੀਦਕੋਟ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ, ਖਡੂਰ ਸਾਹਿਬ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ। ਸ਼੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਮੱਥਾ ਟੇਕਣ ਲਈ ਪਹੁੰਚਦੀ ਹੈ। ਉੱਥੇ ਹੀ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਸੁਨੀਤਾ ਕੇਜਰੀਵਾਲ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਪਰਿਕਰਮਾ ਕਰਕੇ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਦੱਸ ਦਈਏ ਕਿ ਸੁਨੀਤਾ ਕੇਜਰੀਵਾਲ ਆਮ ਆਦਮੀ ਪਾਰਟੀ ਦੀ ਸਟਾਰ ਪ੍ਰਚਾਰਕ ਹੈ ਅਤੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੰਜਾਬ ਪਹੁੰਚੇ ਨੇ। ਭਾਰਤੀ ਫੌਜ ਵੱਲੋਂ ਜੂਨ 1984 ਦਾ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਸਿੱਖ ਕੌਮ ਦੇ ਪਿੰਡੇ ਉੱਤੇ ਉਹ ਡੂੰਘਾ ਜ਼ਖਮ ਹੈ ਜੋ ਕਦੇ ਵੀ ਭਰਿਆ ਨਹੀਂ ਜਾ ਸਕਦਾ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹਵਾਰਾ ਕਮੇਟੀ ਦੇ ਨੁਮਾਇੰਦਿਆਂ ਨੇ। ਉਹਨੇ ਕਿਹਾ ਕਿ ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਅਤੇ ਸ਼ਹੀਦ ਹੋਏ ਸਿੰਘਾਂ ਸਿੰਘਣ ਦੀ ਯਾਦ ਵਿੱਚ ਸ਼੍ਰੀ ਅਖੰਡਪੁਰ ਸਾਹਿਬ ਦੀ ਆਰੰਭਤਾ 31 ਮਈ ਨੂੰ ਗੁਰਦੁਆਰਾ ਬਾਬਾ ਟਾਲਾ ਰਾਏ ਸਾਹਿਬ ਅੰਮ੍ਰਿਤਸਰ ਵਿਖੇ ਸਵੇਰੇ 9 ਵਜੇ ਹੋਵੇਗੀ ਅਤੇ ਭੋਗ 2 ਜੂਨ ਐਤਵਾਰ ਸਵੇਰੇ 7 ਵਜੇ ਪਾਏ ਜਾਣਗੇ। ਉਹਨਾਂ ਕਿਹਾ ਕਿ ਕੀਰਤਨ ਉਪਰੰਤ ਸੰਗਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣਗੀਆਂ ਅਤੇ ਅਰਦਾਸ ਕੀਤੀ ਜਾਵੇਗੀ। ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਭਾਈ ਸਤਨਾਮ ਸਿੰਘ ਖੰਡਾ 5 ਪਿਆਰੇ, ਮਹਾਂਵੀਰ ਸਿੰਘ ਸੁਲਤਾਨਵਿੰਡ, ਡਾਕਟਰ ਸੁਖਦੇਵ ਸਿੰਘ ਬਾਬਾ, ਰਘਵੀਰ ਸਿੰਘ ਭੋਚਰ, ਸਤਜੋਤ ਸਿੰਘ ਮੁੱਦੜ, ਰਾਜ ਸਿੰਘ ਅਤੇ ਨਰਿੰਦਰ ਸਿੰਘ ਗਿੱਲ ਨੇ ਸਮੂਹ ਪੰਥਕ ਜਥੇਬੰਦੀਆਂ ਅਤੇ ਨਾਨਕ ਨਾਮਲੇਵਾ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਸ਼ਹੀਦਾਂ ਨਿਮਿਤ 2 ਜੂਨ ਦੇ ਪ੍ਰੋਗਰਾਮ ਵਿੱਚ ਸਾਥੀਆਂ ਸਮੇਤ ਹਾਜ਼ਰੀਆਂ ਭਰਨ। 1984 ਦੇ ਵਿੱਚ ਜੂਨ ਦੇ ਮਹੀਨੇ 'ਚ ਭਾਰਤ ਦੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਹੋਰ 38 ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਸੀਗਾ ਔਰ ਉਸ ਫੌਜੀ ਹਮਲੇ ਦੇ ਦੌਰਾਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਸਿੰਘ ਸਿੰਘਣੀਆਂ, ਭੁਜੰਗੀਆਂ, ਬਜ਼ੁਰਗ ਮਾਤਾਵਾਂ ਸ਼ਹੀਦ ਹੋ ਗਈਆਂ ਸੀਗੀਆਂ। ਭਾਈ ਮਹਿੰਗਾ ਸਿੰਘ ਜੀ ਬੱਬਰ 1 ਜੂਨ 1984 ਨੂੰ ਸ਼ਹੀਦ ਹੋਏ ਔਰ ਉਹਨਾਂ ਦੀ ਸ਼ਹਾਦਤ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਜਿਨ੍ਹਾਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਜਨਰਲ ਸ਼ਬੇਕ ਸਿੰਘ ਜੀ ਅਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸੀਗੇ, ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ 1 ਜੂਨ 1984 ਤੋਂ ਅੱਜ 40 ਸਾਲ ਹੋ ਚੱਲੇ ਨੇ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜਿਹੜੀਆਂ ਨੇ ਇਸ ਘੱਲੂਘਾਰੇ ਨੂੰ ਬੜੇ ਸਤਿਕਾਰ ਅਦਬ ਦੇ ਨਾਲ ਮਨਾਉਂਦੀਆਂ ਨੇ, ਕਿਉਂਕਿ ਇਹ ਜੋ ਜ਼ਖਮ ਸਰਕਾਰ ਨੇ ਸਾਨੂੰ ਦਿੱਤੇ ਨੇ, ਇਹ ਜ਼ਖਮ ਕਦੀ ਵੀ ਭਰੇ ਨਹੀਂ ਜਾ ਸਕਦੇ ਔਰ ਇਹਨਾਂ ਜ਼ਖਮਾਂ ਦੀ ਜਿਹੜੀ ਚੀਸ ਹੈ, ਜਿਹੜਾ ਦਰਦ ਹੈ, ਉਹ ਦਰਦ ਅੱਜ ਵੀ ਸਾਰੀ ਸਿੱਖ ਕੌਮ ਹੰਡਾ ਰਹੀ ਹੈ। ਸੋ ਭਾਈ ਮਹਿੰਗਾ ਸਿੰਘ ਜੀ ਬੱਬਰ ਦੀ ਯਾਦ ਨੂੰ ਸਮਰਪਿਤ 31 ਮਈ ਨੂੰ ਸ਼੍ਰੀ ਅਖੰਡਪੁਰ ਸਾਹਿਬ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਵਿਖੇ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ 2 ਜੂਨ ਨੂੰ ਸਵੇਰੇ 7 ਵਜੇ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਵਿਖੇ ਪਾਏ ਜਾਣਗੇ। ਉਪਰੰਤ ਕੀਰਤਨ ਹੋਵੇਗਾ ਅਤੇ ਬਾਅਦ ਦੇ ਵਿੱਚ ਸਾਰੀਆਂ ਸੰਗਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣਗੀਆਂ, ਉੱਥੇ ਅਰਦਾਸ ਬੇਨਤੀ ਕੀਤੀ ਜਾਵੇਗੀ, ਸਮੂਹ ਸਿੰਘਾਂ ਦੀ
ਸ਼ਹੀਦਾਂ ਦੀ ਯਾਦ ਦੇ ਵਿੱਚ। ਇਹ ਸਾਰਾ ਪ੍ਰੋਗਰਾਮ ਜਿਹੜਾ ਹੈ ਅਸੀਂ ਹਰ ਸਾਲ 1 ਜੂਨ ਨੂੰ ਮਨਾਉਂਦੇ ਹਾਂ, ਲੇਕਿਨ ਕਿਉਂਕਿ 1 ਜੂਨ ਨੂੰ ਇਸ ਵਾਰ 2024 ਨੂੰ ਪੂਰੇ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ, ਸ਼ਹੀਦ ਪਰਿਵਾਰਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ। ਮੇਰੇ ਨਾਲ ਭਾਈ ਸਤਨਾਮ ਸਿੰਘ ਜੀ ਖੰਡਾ ਪੰਜਾਂ ਪਿਆਰਿਆਂ 'ਚੋਂ, ਭਾਈ ਮਹਾਂਵੀਰ ਸਿੰਘ ਜੀ ਸੁਲਤਾਨਵਿੰਡ, ਡਾਕਟਰ ਸੁਖਦੇਵ ਸਿੰਘ ਜੀ ਬਾਬਾ ਅਤੇ ਸਾਡੇ ਨਾਲ ਨਰਿੰਦਰ ਸਿੰਘ ਜੀ ਗਿੱਲ, ਭਾਈ ਰਘਵੀਰ ਸਿੰਘ ਜੀ ਪੁੱਤਰ ਜੋ ਕਿ ਜਥੇਦਾਰ ਤੇਜਾ ਸਿੰਘ ਪੁੱਤਰ ਦੇ ਪੋਤਰੇ ਨੇ, ਸਤਜੋਤ ਸਿੰਘ ਜੀ ਮੁੱਦਲ ਤੋਂ, ਰਾਜ ਸਿੰਘ ਸੁਲਤਾਨਵਿੰਡ ਤੋਂ ਅਤੇ ਭਾਈ ਮਹਿੰਗਾ ਸਿੰਘ ਜੀ ਬੱਬਰ ਦੇ ਪਰਿਵਾਰ ਨਾਲ ਅਤੇ ਹੋਰ ਸ਼ਹੀਦ ਪਰਿਵਾਰਾਂ ਨਾਲ ਸਲਾਹ ਮਸ਼ਵਰਾ ਕਰਨ ਦੇ ਬਾਅਦ ਅਸੀਂ ਇਹ ਵਿਚਾਰ ਕੀਤਾ, ਕਿਉਂਕਿ ਚੋਣਾਂ 1 ਜੂਨ ਨੂੰ ਹੋਣੀਆਂ ਪੈਣੀਆਂ ਨੇ, ਵੋਟਾਂ ਪੈਣੀਆਂ ਨੇ, ਇਸ ਕਰਕੇ ਅਸੀਂ 1 ਦਿਨ ਦਾ ਪ੍ਰੋਗਰਾਮ ਅੱਗੇ ਮੁਲਤਵੀ ਕਰਤਾ ਅਤੇ ਹੁਣ 31 ਮਈ ਨੂੰ ਅਖੰਡ ਪਾਠ ਸਾਹਿਬ ਸਵੇਰੇ ਰੱਖੇ ਜਾਣਗੇ, ਜਿਹਦੇ ਭੋਗ 2 ਜੂਨ ਨੂੰ ਸਵੇਰੇ 7 ਵਜੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਪਾਏ ਜਾਣਗੇ। ਇਹ ਜਿਹੜਾ ਸਮਾਗਮ ਹੈ ਪਹਿਲਾਂ 1 ਜੂਨ ਨੂੰ ਮਨਾਇਆ ਜਾਣਾ ਸੀ, ਹੁਣ 2 ਉਹਦੇ ਬਾਰੇ ਇਹਨਾਂ ਨੇ ਦੱਸਿਆ ਵੀ 2 ਤਰੀਕ ਨੂੰ ਕਰਨਾ। ਇਹ ਅਸੀਂ 2016 ਤੋਂ ਸ਼ੁਰੂਆਤ ਕੀਤੀ ਸੀ, 2016 ਤੋਂ ਲੈ ਕੇ ਅੱਜ ਤੱਕ ਅਸੀਂ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਾਂ ਅਤੇ ਬਿਲਕੁਲ ਪੀਸਫੁੱਲ ਅਸੀਂ ਜਾ ਕੇ ਉੱਥੇ ਸਾਰਾ ਜਿਹੜਾ ਕੰਮ ਕਰਦੇ ਹਾਂ। ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਅਸੀਂ ਖਾਲਸਾ ਸਾਹਿਬ ਪਹੁੰਚਦੇ, ਉੱਥੇ ਅਰਦਾਸ ਕਰੀਦੀ ਹੈ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ, ਕੌਮ ਦੀ ਚੜ੍ਹਦੀ ਕਲਾ ਵਾਸਤੇ। ਪਰ ਕੁਝ ਸਮੇਂ ਤੋਂ ਅਸੀਂ 3 ਸਾਲਾਂ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਵੀ, ਭਾਈ ਮਹਿੰਗਾ ਸਿੰਘ ਬੱਬਰ ਵੱਲੋਂ ਦੇ ਪਰਿਵਾਰ ਵੱਲੋਂ ਅਤੇ ਹੋਰਨਾਂ ਸੁਰਸਿੱਖਾਂ ਵੱਲੋਂ ਵੀ ਅਖੰਡ ਪਾਠ ਸਾਹਿਬ ਹੋਣਾ ਚਾਹੀਦਾ, ਫਿਰ 3-4 ਸਾਲ ਤੋਂ ਉੱਥੇ ਅਖੰਡ ਪਾਠ ਸਾਹਿਬ ਹੁੰਦਾ। ਇਸ ਤੋਂ ਇਲਾਵਾ ਕੌਮੀਅਤ ਤੌਰ 'ਤੇ ਇਹ ਜਿਹੜਾ ਤੀਸਰਾ ਘੱਲੂਘਾਰ ਆ ਇਹਨੂੰ ਮਨਾਉਣ ਵਾਸਤੇ ਹਰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ ਹੋਣਾ ਚਾਹੀਦਾ। 5 ਤਰੀਕ ਦੀ ਰਾਤ ਨੂੰ ਅਸੀਂ ਸੁਲਤਾਨਵਿੰਡ ਪਿੰਡ ਦੇ ਵਿੱਚ, ਕਿਉਂਕਿ ਉਸ ਪਿੰਡ ਦੇ ਵਿੱਚ ਲਗਭਗ 50 ਸਿੰਘ ਸ਼ਹੀਦ ਹੋਏ ਹੁਣ ਤੱਕ ਦੇ ਸੰਘਰਸ਼ ਦੇ ਵਿੱਚ, ਅਤੇ ਬਹੁਤ ਸਾਰੇ ਉਸ ਵੇਲੇ ਵੀ 1984 ਵਿੱਚ ਵੀ ਉਹ ਸ਼ਹੀਦ ਹੋਏ ਸਨ, ਪਰ ਉਹਨਾਂ ਸਾਰਿਆਂ ਦਾ ਵੀ ਅਸੀਂ ਜੀ ਆਇਆਂ ਕਹਿਣ ਵਾਸਤੇ ਉੱਥੇ ਅਟਾਰੀ ਸਾਹਿਬ ਵਿਖੇ ਵੀ ਇਹ ਪ੍ਰੋਗਰਾਮ ਜਿਹੜਾ ਵਾ 5 ਤਰੀਕ ਸ਼ਾਮ ਦੇ ਵਿੱਚ ਸੋਹਰਾ ਰਹਿ ਸਾਹਿਬ ਦੇ ਪਾਠ ਦੇ ਉੱਤੋਂ ਸ਼ੁਰੂਆਤ ਹੋਏਗਾ 2 ਘੰਟੇ ਵਾਸਤੇ। ਇਸੇ ਤਰ੍ਹਾਂ ਪੁਰਾਤਨ ਦੀ ਤਵਾਂ ਦਾ ਜਿਤਰਾ ਅਸੀਂ ਕਰਦੇ ਹਾਂ, ਅਕਾਲ ਤਖਤ ਸਾਹਿਬ ਵਾਸਤੇ ਆਣ ਕੇ ਅਰਦਾਸ ਕਰਾਂਗੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ, ਔਰ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਹੋਏ 71 ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ, ਇਸ ਮੁੱਖ ਹੁਕਮ ਅਨੁਸਾਰ ਅਸੀਂ ਚਰਨ ਦਾ ਯਤਨ ਕਰੀਏ, ਕਿਉਂਕਿ ਜਿਹੜੇ ਕੌਮੀਅਤ ਦੇ ਤੌਰ 'ਤੇ ਜਿਹੜੇ ਕੌਮੀ ਇਸ ਇਤਿਹਾਸ ਨੇ ਉਹਨਾਂ ਦਾ ਜਿਹੜਾ ਅਸੀਂ ਜਿਹੜਾ ਗੁਰਪੁਰਬ ਮਨਾਉਂਦੇ ਹਾਂ ਜਾਂ ਉਹਨਾਂ ਦਾ ਅਸੀਂ ਦਿਹਾੜਾ ਮਨਾਉਂਦੇ ਹਾਂ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ, ਕਿਉਂਕਿ ਸ਼ਹੀਦ ਸਾਰਿਆਂ ਦੇ ਇਕੱਠੇ ਹੁੰਦੇ ਨੇ। ਮੋਗਾ ਵਿੱਚ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦੱਦਾਹੂਰ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਇਹ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੱਜ ਦੀ ਇਸ ਮੀਟਿੰਗ ਵਿੱਚ ਦਿੱਲੀ ਦੇ ਬਾਰਡਰਾਂ ਉੱਤੇ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਅਤੇ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰੇ ਕੀਤੇ ਗਏ ਨੇ। ਦੇਖੋ, ਸਾਡਾ ਇੱਕ ਮੀਟਿੰਗਾਂ ਦਾ ਦੌਰ ਜਾਰੀ ਹੈ। ਅਸੀਂ ਸਮਝਦੇ ਹਾਂ ਕਿ ਹੁਣ ਇਲੈਕਸ਼ਨ ਦਾ ਸਮਾਂ ਆ ਗਿਆ, ਲਗਭਗ ਕੰਪਲੀਟ ਹੋਣ ਵਾਲਾ ਹੈ,
ਇਸ ਤੋਂ ਬਾਅਦ ਸਰਕਾਰ ਕੌਣ ਬਣਦੀ ਹੈ, ਕਿਹਦੀ ਬਣਦੀ ਹੈ, ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ। ਲੇਕਿਨ ਅਸੀਂ ਅੰਦੋਲਨ ਜਿਹੜਾ ਇੱਕ ਵਾਰੀ ਰੁਕਿਆ ਹੋਇਆ ਸੀ ਇਹਨੂੰ ਮੁੜ ਦੁਬਾਰਾ ਤੇਜ਼ ਕਰਨਾ ਹੈ। ਅਸੀਂ ਕੋਈ ਕੌਲ ਆ ਸਕਦੀ ਹੈ, ਅਗਰ ਸਰਕਾਰ ਕੱਲ੍ਹ ਨੂੰ ਸਾਨੂੰ ਕਹੇ ਕਿ ਵੀ ਅਸੀਂ ਤੁਹਾਨੂੰ ਅਲਾਊ ਕਰਦੇ ਹਾਂ ਦਿੱਲੀ ਚੱਲੋ, ਤਾਂ ਫਿਰ ਦਿੱਲੀ ਵਾਸਤੇ ਅਸੀਂ ਮੂਵਮੈਂਟ ਕਰਨੀ ਹੈ, ਜਿਹਦੇ ਲਈ ਸਾਡੀ ਕੋਸ਼ਿਸ਼ ਹੈ ਕਿ ਟਰਾਲੀਆਂ ਵੱਧ ਤੋਂ ਵੱਧ ਹੋਰ ਅਸੀਂ ਕੱਢ ਕੇ ਲਿਜਾ ਕੇ ਮੋਰਚੇ ਨੂੰ ਸਟਰੈਂਥਨ ਕਰਨਾ ਹੈ। ਉਹਦੀ ਤਿਆਰੀ ਦੇ ਵਜੋਂ ਇਹ ਮੀਟਿੰਗ ਸੀਗੀ, ਔਰ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਸਵਾਲਾਂ ਦਾ ਇੱਕ ਸਿਲਸਿਲਾ ਜਾਰੀ ਹੈ, ਜਿੰਨੇ ਵੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਸਾਹਿਬਾਨ ਨੇ ਉਸ ਸਿਲਸਿਲੇ ਦੇ ਸੰਬੰਧ 'ਚ ਵੀ ਅਸੀਂ ਚਰਚਾ ਕੀਤੀ ਹੈ ਕਿ ਉਸ ਦਾ ਪ੍ਰਭਾਵ ਕੀ ਆ ਰਿਹਾ, ਕਿਹੋ ਜਿਹਾ ਲੋਕਾਂ ਦੇ ਵਿੱਚੋਂ ਰਿਸਪੋਂਸ ਮਿਲ ਰਿਹਾ, ਔਰ ਉਹ ਸਾਰੇ ਦੇ ਉੱਤੇ ਅੱਜ ਮਤਲਬ ਵਿਚਾਰ ਚਰਚਾ ਇੱਥੇ ਹੋਈ ਹੈ, ਉਹਦੇ ਲਈ ਮੀਟਿੰਗ ਰੱਖੀ ਗਈ ਸੀ। ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਕਾਲੇ ਕੇ ਰੋਡ 'ਤੇ ਸਥਿਤ ਕੋਲਡ ਡਰਿੰਕ ਦੀ ਦੁਕਾਨ ਨੂੰ 3 ਮੋਟਰਸਾਈਕਲ ਸਵਾਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਕੋਲਡ ਡਰਿੰਕ ਦੀਆਂ 2 ਪੇਟੀਆਂ ਲੈ ਕੇ ਫਰਾਰ ਹੋ ਗਏ। ਘਟਨਾ CCTV ਵਿੱਚ ਕੈਦ ਹੋ ਗਈ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਨੇ ਚੋਣ ਕਮਿਸ਼ਨ ਕੋਲ ਹਲਫਨਾਮਾ ਦਾਇਰ ਕੀਤਾ, ਜਿਸ ਵਿੱਚ ਉਹਨਾਂ ਆਪਣੇ ਉੱਤੇ ਹੋਏ ਮੁਕੱਦਮਿਆਂ ਦਾ ਵੇਰਵਾ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰਾਧੀਨ ਹੈ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦਿਆਂ ਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ, ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।